ਸਈ ਗੁਰਦਾਸ ਸਾਹਿਬ ਸਮਝਾਉਂਦੇ ਆ ਰਹੇ ਨੇ ਇਸੇ ਤਰ੍ਹਾਂ ਗੁਰੂ ਕਾ ਸਿਖ ਵਿਚਰਦਾ ਸੰਸਾਰ ਵਿੱਚੇ ਪਰਿਵਾਰ ਵਿੱਚੇ ਕਾਰੋਬਾਰ ਵਿੱਚੇ ਉਹਦੇ ਖਿਆਲات ਵਿਚਾਰ ਸਮਗਰ ਰੂਪ ਅੰਦਰ ਪਰਮਾਤਮਾ ਤੋਂ ਜੁੜੇ ਨਹੀਂ ਹੁੰਦੇ ਪਰਮਾਤਮਾ ਨਾਲ ਜੁੜੇ ਰਹਿੰਦੇ ਆ ਜਿਸ ਤਰ੍ਹਾਂ ਉਸ ਪਤੀਵ੍ਰਤਾ ਧਰਮ ਦੇ ਵਿੱਚ ਪਰਪੱਕਤਾ ਜੀਵਨ ਨਿਭਾਉਣ ਵਾਲੀ ਬੀਬੀ ਦੇ ਖਿਆਲਾਤ ਹੋਰ ਨਹੀਂ ਬੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਦੇ ਅੰਦਰ ਕਿਸੇ ਹੋਰ ਕੁਲ ਜਾਣ ਵਾਸਤੇ ਕਿਸੇ ਹੋਰ ਦੁਆਰੇ ਤੇ ਜਾਣ ਵਾਸਤੇ ਕਿਸੇ ਹੋਰ ਨੂੰ ਮਾਲਕ ਬਣਾਉਣ ਵਾਸਤੇ ਮਨ ਨਹੀਂ ਮੰਨਦਾ ਉਹ ਆਪਣੇ ਮਾਲਕ ਨਾਲ ਜੁੜਿਆ ਆਪਣੇ ਮਾਲਕ ਨੂੰ ਆਪਣੇ ਤਨ ਮਨ ਧਨ ਦਾ ਮਾਲਕ ਜਾਣਦਾ ਹੈ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦਿਆਂ ਹੋਇਆਂ ਬਚਨ ਕਰਦੇ ਜੈਸੀ ਤਉ ਪਤ ਬ੍ਰਤਾ ਪਤ ਬ੍ਰਤ ਮੈਂ ਸਭ ਧਾਨ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਤਰਾ ਪਤੀ ਬ੍ਰਤਾ ਬੀਬੀ ਜਿਹੜੀ ਆ ਉਪਤ ਵਰਤਾ ਆਪਣੀ ਪਤੀ ਵਰਤਾ ਧਰਮੰਦੇ ਵਿੱਚ ਸਾਵਧਾਨ ਕਿ ਕਿਦੋਂ ਜੀਵਨ ਨੂੰ ਕਲੰਕਤ ਨਹੀਂ ਹੋਣ ਦਿੰਦੀ ਕਿਦੇ ਆਪਣਾ ਖਿਆਲ ਵਿਚਾਰ ਇਧਰ ਉਧਰ ਭਟਕਣ ਨਹੀਂ ਦਿੰਦੀ ਸੰਸਾਰ ਵਿੱਚ ਰਹਿੰਦਿਆਂ ਤਾਂ ਉਹਦਾ ਪਤੀ ਵਰਤਾ ਧਰਮ ਜਿਹੜਾ ਨਾ ਉਹ ਬਰਕਰਾਰ ਰਹਿੰਦਾ ਹੈ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਕਾ ਸਿੱਖ ਸੰਸਾਰ ਵਿੱਚ ਵਿਚਰਦਾ ਜਿਵੇਂ ਸੰਸਾਰ ਵਿੱਚ ਦੁਨੀਆ ਬਹੁਤ ਹੀ ਤਰ੍ਹਾਂ ਤਰ੍ਹਾਂ ਦੀ ਤੇ ਉਹ ਬੀਬੀ ਆਪਣਾ ਧਰਮ ਬਰਕਰਾਰ ਰੱਖਦੀ ਸਾਵਧਾਨੀ ਦੇ ਨਾਲ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਜ਼ਗਾਵਾਂ ਨੇ ਗੁਰੂ ਕਾ ਸਿੱਖ ਆਪਣਾ ਇਮਾਨ ਆਪਣੀ ਇੱਜ਼ਤ ਆਬਰੂ ਦਾ ਮਾਲਕ ਜਾਣਦਾ ਹੈ ਗੁਰੂ ਨਾਨਕ ਸਾਹਿਬ ਨੂੰ ਉਹਦੇ ਤੋਂ ਸਵਾਏ ਦੂਜੇ ਨੂੰ ਮਾਲਕ ਨਹੀਂ ਬਣਾਉਂਦਾ ਦੂਜੇ ਪ੍ਰਤੀ ਮਾਲਕ ਵਾਲੇ ਖਿਆਲات ਨਹੀਂ ਬਣਾਉਂਦਾ ਸੰਸਾਰ ਭਾਵੇਂ ਸਾਰਾ ਵਸਦਾ ਉਸ ਨੂੰ ਆਪਣਾ ਮਾਲਕ ਜਾਣਦਾ ਹੈ ਉਹ ਵੀ ਸੰਸਾਰ ਵਿੱਚ ਸਿੱਖ ਵੀ ਸਾਬਦਾਨਤਾ ਦੇ ਸਾਹਤ ਜੀਵਨ ਬਸਰ ਕਰਦਾ ਆਪਣੇ ਧਰਮ ਦੀ ਪਾਲਣਾ ਕਰਦੇ ਆ ਹੋਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਤਾਂ ਹੀ ਤੇ ਗੁਰੇਸ਼ਰ ਹੋਏ ਨਾਇਕਾ ਕਹਾ ਬਈ ਜਿਹੜੀ ਬੀਬੀ ਨੇ ਆਪਣਾ ਧਰਮ ਬਰਕਰਾਰ ਨਭਾਇਆ ਸੰਸਾਰ ਵਿੱਚ ਵਿਚਰਦੇ ਆ ਹੋਇਆ ਵੱਡਿਆਂ ਨੂੰ ਪਿਤਾ ਸਮਾਨ ਬਰਾਬਰ ਦੇਆਂ ਨੂੰ ਭਾਈਆਂ ਸਮਾਨ ਛੋਟਿਆਂ ਨੂੰ ਬੱਚਿਆਂ ਸਮਾਨ ਜਾਣ ਕੇ ਸੰਸਾਰ ਵਿੱਚ ਵਿਚਰੀ ਆਪਣੀ ਮਾਲਕ ਵਾਲਾ ਖਿਆਲ ਆਤ ਮਾਲਕ ਤੇ ਰੱਖਿਆ ਕਿਸੇ ਦੂਜੇ ਤੇ ਨਹੀਂ ਕਹਿੰਦੇ ਇਸ ਤਰ੍ਹਾਂ ਉਹ ਸਿੱਖ ਗੁਰੂ ਦਾ ਸੰਸਾਰ ਵਿੱਚ ਵਿਚਰਦਾ ਤੇ ਉਹ ਮਾਲਕ ਵੈ ਗੁਰੂ ਤੋਂ ਬਗੈਰ ਦੂਜੇ ਕਿਸੇ ਨੂੰ ਨਹੀਂ ਜਾਣਦਾ ਕਿ ਮੇਰਾ ਕੋਈ ਮਾਲਕ ਹੋਰ ਇਹਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਖਿਆਲ ਨਹੀਂ ਆਉਂਦਾ ਕਹਿੰਦੇ ਫਿਰ ਉਹ ਬੀਬੀ ਘਰ ਵਿੱਚ ਰਹਨੇ ਆ ਜਿਹੜੀ ਆਪਣੇ ਧਰਮ ਦੀ ਪਾਲਣਾ ਕਰਦੀ ਕਹਿੰਦੇ ਭਈ ਉਹ ਘਰ ਦੇ ਵਿੱਚ ਰਹਨੇ ਆ ਆਪਣੇ ਧਰਮ ਦੇ ਵਿੱਚ ਰਹਨੇ ਆ ਹੋਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਹੋਏ ਨਾਇਕਾ ਕਹਾਵਈ ਉਹ ਪ੍ਰਧਾਨਤਾ ਬਣ ਜਾਂਦੀ ਮੁਖੀਆ ਬਣ ਜਾਂਦੀ ਏ ਸਾਰੇ ਘਰ ਵਿੱਚ ਹਰ ਇੱਕ ਦੀ ਜ਼ਬਾਨ ਤੇ ਉਹਦਾ ਹੀ ਨਾਮ ਆਉਂਦਾ ਹੈ ਉਹ ਹਰ ਕਾਰਜ ਦੀ ਮੋਰੀ ਬਣ ਜਾਂਦੀ ਤੇ ਜਦੋਂ ਗੁਰੂ ਦਾ ਸਿੱਖ ਗੁਰੂ ਕੇ ਮਾਨ ਮਰਜ਼ਾਦਾ ਵਿੱਚ ਪਰਫਕਤਾ ਜੀਵਨ ਲਿਆਉਂਦਾ ਹੈ ਤੇ ਸਤ ਗੁਰੂ ਵੀ ਉਹਨੂੰ ਸੰਸਾਰ ਦਾ ਮੁਖੀਆ ਬਣਾ ਦਿੰਦਾ ਹੈ ਉਹਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਉਹਦੇ ਕੋਲ ਵੱਡੇ ਵੱਡੇ ਆਉਂਦੇ ਆ ਕੇ ਬੈਠਦੇ ਸਾਨੂੰ ਦੱਸੋ ਅਸੀਂ ਕੀ ਕਰੀਏ ਗੁਰੂ ਉਹਨੂੰ ਮੁਖੀਆ ਬਣਾ ਦਿੰਦਾ ਹੈ ਮੁਖੀਆ ਔਰ ਪਿੱਛੇ ਨਹੀਂ ਰਹਿਣ ਦਿੰਦਾ ਉਹਨੂੰ ਜਿਹਨੂੰ ਸੰਸਾਰ ਪਿੱਛੇ ਕਰਦਾ ਹੈ ਨਾ ਉਹਨੂੰ ਸਤਗੁਰੂ ਮੂਰੇ ਕਰ ਦਿੰਦਾ ਪਾਛਮ ਕਰੋਤ ਅਗਰਨੀ ਬਹਿ ਜਿਹਨੂੰ ਸੰਸਾਰ ਪਿੱਛੇ ਕਰਦਾ ਹੈ ਗੁਰੂ ਉਹਨੂੰ ਮੂਰੇ ਕਰ ਦਿੰਦਾ ਸਾਰਿਆਂ ਦਾ ਮੋਰੀ ਬਣਾ ਦਿੰਦਾ ਹੈ ਨਿਰਾਸੰ ਆਸਪੂਰਨ ਹੈ ਜਿਹੜਾ ਇਹਦੇ ਤੇ ਭਾਵਨਾ ਰੱਖਦਾ ਹੈ ਜੇ ਦੀ ਕਿੰਨੋ ਇੱਛਾ ਨਹੀਂ ਪੂਰੀ ਹੁੰਦੀ ਗੁਰੂ ਉੱਥੇ ਕੋਲ ਆਉਂਦਾ ਹੈ ਤੇ ਗੁਰੂ ਦੀਆਂ ਝੋਲੀਆਂ ਭਰ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਸਾਰੇ ਘਰ ਦੀ ਪਰਿਵਾਰ ਦੀ ਮੁਖੀ ਬਣ ਜਾਂਦੀ ਹੈ ਤੇ ਗੁਰੂ ਦਾ ਸਿੱਖ ਸੰਸਾਰ ਦੇ ਵਿੱਚ ਗੁਰੂ ਦੀ ਬਖਸ਼ਿਸ਼ ਪਾ ਕੇ ਮੁਖੀਆ ਬਣ ਜਾਂਦਾ ਮੋਰੀ ਹੋ ਜਾਂਦਾ ਭਾਈ ਸਾਹਿਬ ਕਹਿੰਦੇ ਅਸਨ ਬਸਨ ਧਨ ਧਾਮ ਕਾਮ ਨ ਪੂਜਾਵੇ ਜਿਹੜੀ ਬੀਬੀ ਨੇ ਆਪਣੇ ਪਤੀ ਵਰਤਾ ਧਰਮ ਨੂੰ ਨਿਭਾਉਂਦਿਆਂ ਹੋਇਆਂ ਆਪਣੇ ਪਤੀ ਦੇਵ ਦੇ ਪਰਿਵਾਰ ਦਾ ਖਿਆਲ ਕੀਤਾ ਜ਼ਿੰਮੇਵਾਰੀਆਂ ਨੂੰ ਨਿਭਾਇਆ ਬਖੂਬ ਤੇ ਉਹਦਾ ਮਾਲਕ ਫਿਰ ਅਸਨ ਬਸਨ ਸ਼ਕਨ ਛਕੌਣ ਵਾਸਤੇ ਭੋਜਨ ਤੇ ਬਸਨ ਬਸਤਰ ਬਾਰੋਂ ਕਮਾ ਕੇ ਲਿਆਉਣਾ ਧਨ ਇਕੱਠਾ ਕਰਕੇ ਧਾਮ ਘਰ ਦੇ ਵਿੱਚ ਲਿਆ ਕੇ ਰੱਖਦਾ ਹੈ ਤੇ ਉਹਦੀ ਹਰ ਇੱਛਾ ਨੂੰ ਪੂਰੀ ਕਰਦਾ ਹੈ ਜਦੋਂ ਆਪਣੀ ਮਾਲਕ ਦੀ ਨਕੂਲ ਹੋ ਕੇ ਚਲਦੀ ਉਹ ਧਰਮ ਨੂੰ ਨਿਭਾਉਂਦੀ ਅਦਬ ਦੇ ਨਾਲ ਭਾਈ ਗੁਰਦਾਸ ਸਾਹਿਬ ਕਹਿੰਦੇ ਸਿਖਾ ਤੇਰਾ ਜਿਹੜਾ ਮਾਲਕ ਇਹ ਨਾ ਤੇਰਾ ਮਾਲਕ ਉਹਦੇ ਤੋਂ ਕੁੱਲ ਕਾਇਨਾਤ ਦੇ ਮਾਲਕ ਬਾਰੇ ਜਾ ਸਕਦੇ ਨਿਸ਼ਾਵਰ ਕੀਤੇ ਜਾ ਸਕਦੇ ਨੇ ਜੇ ਇੱਕ ਬੀਬੀ ਦਾ ਮਾਲਕ ਪਤੀ ਔਰ ਘਰ ਦੇ ਵਿੱਚ ਬਸਤਰ ਅੰਨ ਧਨ ਹੋਰ ਵਸਤੂ ਘਰੇ ਬੈਠਿਆਂ ਲਿਆ ਕੇ ਦਿੰਦਾ ਹੈ ਤੇ ਪਰਿਵਾਰ ਨੂੰ ਪਾਲਦਾ ਜੇ ਤੂੰ ਆਪਣੇ ਮਾਲਕ ਨਾਲ ਜੁੜ ਜਾਵੇਂ ਉਹ ਤੈਨੂੰ ਭੁੱਖਿਆ ਮਾਰ ਦੇਵੇਗਾ ਉਹਦਾ ਤਾਂ ਨਾਂ ਲੈ ਲਈਏ ਤੇ ਘਰ ਨੌ ਨਦੀਆਂ ਆ ਜਾਂਦੀਆਂ 18 ਸਿੱਧੀਆਂ ਆ ਜਾਂਦੀਆਂ ਨੇ ਦੇਉ ਕੀ ਤੈਨੂੰ ਭੁੱਖਿਆ ਰਹਿਣ ਦੇਵੇਗਾ ਕਹਿੰਦੇ ਉਹ ਸਾਰੀਆਂ ਇੱਛਾ ਪੂਰੀਆਂ ਕਰਦਾ ਯਤਨ ਕਰਦਾ ਕਿ ਮੈਂ ਪਰਿਵਾਰ ਦੀਆਂ ਇੱਛਾ ਪੂਰੀਆਂ ਕਰ ਸਕਾਂ ਹੋ ਸਕਦਾ ਕੋਈ ਮਨੁੱਖ ਹੋਵੇਗਾ ਜਿਹੜਾ ਸਾਰੀਆਂ ਇੱਛਾ ਪਰਿਵਾਰ ਦੀਆਂ ਪੂਰੀਆਂ ਕਰੇ ਸਿੱਖਾ ਤੂੰ ਸਤਿਗੁਰੂ ਨੂੰ ਆਪਣਾ ਮਾਲਕ ਮੰਨ ਕੇ ਇਹਦਾ ਹੋ ਕੇ ਰਹਿਦਾ ਤੇਰੇ ਮਨ ਚ ਖਿਆਲ ਹੋਰ ਦਾ ਨਾ ਆਵੇ ਯਾਦ ਰੱਖੀ ਗੁਰੂ ਤੇਰੀ ਹਰ ਕਾਮਨਾ ਪੂਰੀ ਕਰੇਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਗੁਰੂ ਕੋਲ ਆ ਕੇ ਕੋਈ ਅਧੂਰੀ ਇੱਛਾ ਰਹਿੰਦੀ ਨਹੀਂ ਸਬੇ ਇੱਛਾ ਪੂਰੀਆ ਜਬ ਪਾਇਆ ਅਗਮ ਅਪਾਰਾ ਰੱਬ ਨੂੰ ਪਾਲਿਆ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸਾਰੀਆਂ ਇੱਛਾ ਤੇਰੀਆਂ ਪੂਰੀਆਂ ਕਰੇਗਾ ਸੋਭਤ ਸ਼ਿੰਗਾਰ ਚਾਰ ਸੇਦਾ ਸਮਾਵਈ ਕਹਿੰਦੇ ਫਿਰ ਉਹ ਘਰ ਦੇ ਵਿੱਚ ਪਤੀ ਦੇਵ ਨੇ ਕਮਾ ਕੇ ਲਿਆਂਦਾ ਧਨ ਵਸਤਰ ਆਦ ਗੈਨੇ ਆਦ ਹੂਰ ਵਸਤੂ ਘਰ ਨੂੰ ਸ਼ਿੰਗਾਰਨਾ ਆਪ ਵਸਤਰਾਂ ਚੰਗਿਆਂ ਨੂੰ ਪਹਿਨਣਾ ਸਾਰਾ ਕੁਝ ਉਹ ਬੀਬੀ ਨੂੰ ਪਰਵਾਨਤ ਹੁੰਦਾ ਸੋਭਾ ਵਾਲੀ ਬਣ ਜਾਂਦੀ ਕਹਿੰਦੇ ਸਿੱਖਾ ਜੇ ਤੂੰ ਗੁਰੂ ਨੂੰ ਮਾਲਕ ਮੰਨ ਕੇ ਗੁਰੂ ਦਾ ਹੋ ਜਾਵੇਂ ਗੁਰੂ ਤੇਰੇ ਤੇ ਇੰਨੀ ਰਹਿਮਤ ਕਰੇਗਾ ਤੈਨੂੰ ਸਵਾਰੇਗਾ ਤੈਨੂੰ ਸੁਧਾਰੇਗਾ ਤੇਰੀ ਸੁੰਦਰਤਾ ਨੂੰ ਹੋਰ ਉਭਾਰੇਗਾ ਸ਼ੁਭ ਗੁਨਾ ਦਾ ਸ਼ਿੰਗਾਰ ਕਰ ਮਹਾਰਾਜ ਨੇ ਬਾਣੀ ਅੰਦਰ ਵੀ ਇਹ ਬਚਨ ਕਹੇ ਜਿਨ ਤੂੰ ਸਾਜ ਸਿਵਾਰ ਸ਼ਿੰਗਾਰਿਆ ਗਰਭ ਅਗਨਮੈ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੈ ਪਿਆਰੇ ਦੂਦ ਪਰ ਜੋਬਨ ਭੋਜਨ ਸੁਖਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੇ ਨੂੰ ਤਾਂ ਤੈਨੂੰ ਅੱਗੇ ਬਹੁਤ ਕੁਝ ਦਿੱਤੀ ਬੈਠਾ ਹੈ ਉਹਦੇ ਵੱਲ ਨੂੰ ਤੁਰ ਅਰ ਫੇਰ ਅਰ ਆਪਣੀ ਮਾਲਕ ਨਾਲ ਸਨੇਹ ਕਰਕੇ ਤੇ ਮਾਲਕ ਵੈਗ ਰੂ ਤੇਨੂੰ ਆਪਣੀ ਗਲ ਵਕੜੀ ਵਿੱਚ ਲਏਗਾ ਉਹਦੇ ਨਾਲ ਮਿਲਾਪ ਹੋ ਜਾਵੇਗਾ ਜਿੰਨਾ ਚਿਰ ਮਾਲਕ ਨਾਲ ਸਨੇਹ ਨਹੀਂ ਮਾਲਕ ਪਸੀਜਿਆ ਨਹੀਂ ਪ੍ਰਸੰਨ ਨਹੀਂ ਹੋਇਆ ਸਿੱਖਾ ਤੂੰ ਉਹਦੀ ਗੋਦ ਦਾ ਆਨੰਦ ਨਹੀਂ ਉਮਾਨ ਸਕਦਾ ਮਾਲਕ ਦੀ ਉਹ ਮਾਲਕ ਨਾਲ ਸਨੇਹ ਕਰ ਭਾਈ ਸਾਹਿਬ ਤੀਸਰਾ ਪਰਮਾਨ ਦੇਂਦੇ ਕਹਿੰਦੇ ਸਤਗੁਰ ਸਿੱਖਨ ਕੋ ਰੱਖ ਤੂੰ ਗ੍ਰਸਤ ਮੈਂ ਸਤਗੁਰੂ ਮੇਰ ਕਰਦੇ ਆਪਣੇ ਸਿੱਖਾਂ ਨੂੰ ਗ੍ਰਸਤ ਧਰਮ ਦੇ ਵਿੱਚ ਰਹਿਣਿਆ ਕਾਰੋਬਾਰ ਪਰਿਵਾਰ ਦੇ ਵਿੱਚ ਰਹਿੰਦੇ ਆ ਸੰਸਾਰ ਦੇ ਵਿੱਚ ਰਹਿੰਦੇ ਆ ਜਿਹੜੇ ਉਹਨੂੰ ਯਾਦ ਕਰਦੇ ਭਾਈ ਸਾਹਿਬ ਕਹਿੰਦੇ ਸੰਪਤਾ ਸੰਮੋਹ ਸੋਖ ਲੁੱਡੇ ਤੇ ਲੜਾ ਵਈ ਕਹਿੰਦੇ ਸਾਰੀ ਸੰਪਤੀ ਵਿਭੂਤੀ ਸਤਿਗੁਰੂ ਸਿੱਖਾਂ ਨੂੰ ਦਿੰਦਾ ਹੈ ਇਹਦਾ ਸਾਡੀ ਹੋਂਮੇ ਆ ਅਸੀਂ ਕਹੀ ਜਾਣਿਆ ਮੇਰਾ ਮੈਂ ਬੜੀ ਮਿਹਨਤ ਕੀਤੀ ਬੜੀ ਮੁਸ਼ਕਲ ਕਾਲੀ ਆ ਕੀਤਾ ਉਹ ਕੀਤਾ ਦਾਤ ਗੁਰੂ ਤਰੁੱਠ ਕੇ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਭਾਈ ਸਾਹਿਬ ਕਹਿੰਦੇ ਨੇ ਸਤਗੁਰੂ ਸਿੱਖਾਂ ਨੂੰ ਸਮੂਹ ਸੰਪਤੀ ਤੇ ਸੁਖ ਪ੍ਰਦਾਨ ਕਰਦਾ ਹੈ ਤੇ ਇਹਨਾਂ ਨੂੰ ਜਿਹੜਾ ਬਹੁਤ ਲਾਡ ਲਡਾਉਂਦਾ ਪ੍ਰੇਮ ਨਾਲ ਜਿਵੇਂ ਮਾਂ ਬਾਪ ਬੱਚੇ ਨੂੰ ਖਡਾਉਂਦਿਆਂ ਹੋਿਆਂ ਲਾਡ ਪਿਆਰ ਕਰਦਿਆਂ ਤਰ੍ਹਾਂ ਤਰੰਦੀਆਂ ਵਸਤੂ ਲੈ ਕੇ ਦਿੰਦੇ ਨੇ ਤੇ ਉਹ ਪਿਤਾ ਹੈ ਕੁੱਲ ਕੈਨਾਤ ਦਾ ਜਿਹਨੂੰ ਮਹਾਰਾਜ ਕਹਿੰਦੇ ਤੂੰ ਹੈ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹ ਬਾਪ ਜਿਹੜਾ ਹੈ ਉਹ ਵੀ ਬੜਾ ਪਿਆਰ ਕਰਦਾ ਹੈ ਆਪਣੇ ਬੱਚਿਆਂ ਨੂੰ ਜਿਹੜਾ ਉਸ ਦੇ ਅਨੁਕੂਲ ਚੱਲਦਾ ਹੈ ਉਹ ਵੀ ਉਹਦੀਆਂ ਝੋਲੀਆਂ ਭਰ ਦਿੰਦਾ ਹੈ ਬੜੇ ਲਾੜ ਲਡਾਉਂਦਾ ਹੈ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਭਾਈ ਸਾਹਿਬ ਚੌਥਾ ਪ੍ਰਮਾਨ ਦੇ ਅਸਨ ਬਸਨ ਧਨ ਧਮ ਕਮ ਨ ਪਵਿੱਤਰ ਸਿਖਾ ਤੇਰੇ ਘਰ ਅੰਦਰ ਤੇਰਾ ਮਾਲਕ ਬਸਤਰ ਵੀ ਦੇਵੇਗਾ ਔਰ ਹੋਰ ਵਸਤੂ ਵੀ ਦੇਵੇਗਾ ਖਾਣ ਵਾਸਤੇ ਪਹਿਨਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰ ਦਿੱਤਾ ਪਹਿਨਣਾ ਖਾਣ ਪਹਿਨਣ ਵਾਸਤੇ ਕੱਪੜਾ ਤਰ੍ਹਾਂ ਤਰ੍ਹਾਂ ਦੀਆਂ ਪੋਸ਼ਾਕਾਂ ਤੇ ਖਾਣ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਨੇ ਖੁਰਾਕਾਂ ਦਿੱਤੀਆਂ ਨੇ ਖਾ ਹੰਡਾ ਪਰ ਇਹਨਾਂ ਨੂੰ ਖਾਂਦਿਆਂ ਹੰਡਾਉਂਦਿਆਂ ਕਿ ਤੇਨੂੰ ਰੱਬ ਨਾ ਭੁੱਲ ਜਾਵੇ ਮਾਲਕ ਨਾ ਭੁੱਲ ਜਾਵੇ ਦੇਣ ਵਾਲਾ ਦਾਤਾ ਨਾ ਭੁੱਲ ਜਾਵੇ ਪੈਣ ਔਰ ਪਰ ਪ੍ਰਮਾਤਮਾ ਨੂੰ ਯਾਦ ਕਰ ਤੇਰੇ ਘਰ ਅੰਦਰ ਧੰਨ ਆਵੇ ਧੰਨ ਦੇ ਨਾਲ ਤੇਰੇ ਜਿਵੇਂ ਬਾਹਰੋਂ ਧੰਨ ਵਧੇ ਤੇਰੇ ਅੰਦਰ ਧਰਮ ਵਧਦਾ ਜਾਵੇ ਬਹੁਤ ਆਦ ਅੰਦਰ ਹੁੰਦਾ ਕੀ ਏ ਜੀ ਬਾਹਰੋਂ ਧੰਨ ਵਧਦਾ ਜਾਂਦਾ ਹੈ ਤੇ ਸੰਸਾਰ ਦੇ ਜੀਵਨ ਦੇ ਅੰਦਰੋਂ ਧਰਮ ਘਟਦਾ ਜਾਂਦਾ ਹੈ ਧਰਮ ਵਾਲੀਆਂ ਰੂਚੀਆਂ ਜਿਹੜੀਆਂ ਨੇ ਉਹ ਘਟਦੀਆਂ ਜਾਂਦੀਆਂ ਕਹਿੰਦੇ ਗੁਰੂ ਕਿਰਪਾ ਕਰਦਾ ਆ ਤੇਰੇ ਘਰ ਵਿੱਚ ਸਭ ਕੁਝ ਦਿੰਦਾ ਤੇ ਨਾਲ ਤੇਰੀਆਂ ਕਾਮਨਾਵਾਂ ਇਛਾਵਾਂ ਕੁਝ ਪਵਿੱਤਰ ਹੁੰਦੀਆਂ ਕੁਝ ਅਪਵਿੱਤਰ ਹੁੰਦੀਆਂ ਕੁਝ ਮੈਲੀਆਂ ਹੁੰਦੀਆਂ ਨੇ ਸਾਰੀਆਂ ਨੂੰ ਪਵਿੱਤਰ ਕਰ ਦਿੰਦਾ ਸ਼ੁੱਧ ਕਰ ਦਿੰਦਾ ਅਸ਼ੁੱਧੀਆਂ ਖਤਮ ਕਰ ਦਿੰਦਾ ਗੁਰੂ ਤਰੁੱਠ ਕੇ ਪਵਿੱਤਰ ਕਾਮਨਾਵਾਂ ਨੂੰ ਕਰਦਾ ਹੈ ਤੇ ਪਵਿੱਤਰ ਕਾਮਨਾਵਾਂ ਸਤਗੁਰੂ ਪੂਰੀਆਂ ਕਰਦੇ ਨੇ ਤੇ ਫਿਰ ਕੀ ਹੁੰਦਾ ਕਹਿੰਦੇ ਆਨੰਦ ਦੇਵ ਸਿਵ ਭਾਉ ਦੁੱਤੀਆ ਮਟਾ ਵਈ ਸਤਗੁਰੂ ਕਦੇ ਨਹੀਂ ਕਹਿੰਦਾ ਵੀ ਦੂਜੀ ਜਗ੍ਹਾ ਤੇ ਚਲਿਆ ਜਾਈਂ ਸਤਗੁਰੂ ਹਮੇਸ਼ਾ ਅਰ ਦੂਜੀ ਜਗ੍ਹਾ ਤੇ ਤੈਨੂੰ ਪਟਕਣ ਵਾਸਤੇ ਕਦੇ ਨਹੀਂ ਛੱਡਦਾ ਕਹਿੰਦਾ ਜੋ ਕੁਝ ਮਿਲੇਗਾ ਇੱਥੇ ਮਿਲੇਗਾ ਮਹਾਰਾਜ ਦਸਮ ਪਾਤਸ਼ਾਹ ਵੀ ਕਹਿੰਦੇ ਨਾ ਜੋ ਵਰ ਚਾਹਾਂ ਉਹ ਤੁਮਤੇ ਪਾਉ ਜੋ ਵੀ ਚਾਹਾਂ ਔਰ ਮੈਂ ਤੇਰੇ ਤੋਂ ਮੰਗਾਗਾ ਤੇਰੇ ਤੋਂ ਲਾਂਗਾ ਮੈਂ ਕਿਸੇ ਹੋਰ ਨੂੰ ਨਹੀਂ ਧਿਆਉਣਾ ਤੇ ਜਿਹੜਾ ਗੁਰੂ ਇਹ ਕਹਿੰਦਾ ਕਿ ਮਾਲਕਾ ਮੈਂ ਤੇਰੇ ਤੋਂ ਸਭ ਕੁਝ ਲਾਂਗਾ ਤੋ ਆਪਣੇ ਸਿੱਖਾਂ ਨੂੰ ਕਿੱਥੇ ਦੂਜਿਆਂ ਦੇ ਹੱਥ ਅਡਣ ਦੇਵੇਗਾ ਮਹਾਰਾਜ ਦੇ ਬਚਨ ਚੌਪੀ ਸਾਹਿਬ ਦੇ ਅੰਦਰ ਪੜਦੇ ਹੋ ਨਾ ਜਿਸਨ ਬਿਸਨ ਕਬਹੂ ਨੈ ਧਾਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਜਿਹੜਾ ਗੁਰੂ ਅਕਾਲ ਕੁਲੋਂ ਆਉਂਦਾ ਨਿਰਗੁਣ ਤੋਂ ਸਰਗੁਣ ਹੁੰਦਾ ਉਹ ਕਹਿੰਦਾ ਮੈਂ ਕਿਸੇ ਪੀਰ ਪਕੰਬਰ ਔਲੀਏ ਅਵਤਾਰ ਤੋਂ ਨਹੀਂ ਮੰਗਣਾ ਜੋ ਚਾਹਾਂਗਾ ਸੋ ਤੇਰੇ ਤੋਂ ਪਾਵਾਂਗਾ ਤੂੰ ਦੇਣ ਵਾਲਾ ਤੇ ਸਿੱਖ ਨੂੰ ਵੀ ਆਗਿਆ ਨਹੀਂ ਦਿੱਤੀ ਕਿਸੇ ਹੋਰ ਦੇਵਾਲੇ ਤੇ ਫਿਰਦਾ ਰਵੇ ਕਹਿੰਦੇ ਪੀਰ ਪਕੰਬਰ ਦੇ ਫਿਰਦਾ ਰਵੇ ਕਹਿੰਦੇ ਨਹੀਂ ਤੈਨੂੰ ਜੋ ਮਿਲੇਗਾ ਇੱਥੋਂ ਮਿਲੇਗਾ ਔਰ ਅਨ ਦੇਵ ਹੋਰ ਜਿਹੜੀਆਂ ਜਗਾਵਾਂ ਦਾ ਸੇਵਕ ਬੰਨਾ ਗੁਰੂ ਉਹ ਭਾਵਨਾ ਨੂੰ ਖਤਮ ਕਰਦਾ ਸਿੱਖਾ ਤੇਰੀ ਭਾਵਨਾ ਹੀ ਨਾ ਉਹਨਾਂ ਪ੍ਰਤੀ ਤੇਰੇ ਅੰਦਰ પ્રેમ ਹੀ ਨਾ ਉਪਜੇ ਆਪਣੇ ਮਾਲਕ ਲਈ ਹੋਵੇ ਤੇ ਗੁਰੂ ਅੱਗੇ ਅਰਦਾਸ ਕਰ ਗੁਰੂ ਉਹਨਾਂ ਨੂੰ ਮਿਟਾ ਦਿੰਦਾ ਹਿਰਦੇ 'ਚ ਉਹਨਾਂ ਖਿਆਲਾਂ ਜਿਹੜੇ ਦੂਜੇ ਖਿਆਲ ਬੰਦੇ ਉਹ ਮਿਟਨੇ ਕਦੋਂ ਆ ਜੀ ਜਦੋਂ ਆਪਣੇ ਮਾਲਕ ਲਈ ਪ੍ਰੇਮ ਹੋਇਆ ਜਦੋਂ ਆਪਣੇ ਮਾਲਕ ਵਾਸਤੇ ਈਰਖਾ ਹੋਈ ਨਾ ਉਦੋਂ ਦੂਜਾ ਚਿੱਤੇ ਆਏਗਾ ਉਦੋਂ ਦੂਜਾ ਚਿੱਤੇ ਆਏਗਾ ਜਦੋਂ ਆਪਣੇ ਮਾਲਕ ਤੇ ਸ਼ੰਕਾ ਹੋਈ ਉਦੋਂ ਦੂਜਾ ਦਰ ਚਿੱਤੇ ਆਵੇਗਾ ਦੂਜਾ ਤਨ ਚਿੱਤੇ ਆਵੇਗਾ ਦੂਜਾ ਜੀਵ ਚਿੱਤੇ ਆਵੇਗਾ ਤੇ ਦੂਜਾ ਕੋਈ ਈਸ਼ਵਰ ਬਣਾ ਕੇ ਬਹਿ ਜਾਏਗਾ ਉਹਨੂੰ ਆਪਣੇ ਧਨ-ਧਾਨ ਦਾ ਮਾਲਕ ਮੰਨ ਕੇ ਬਹਿ ਜਾਏਗਾ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇੱਕ ਤੇ ਭਰੋਸਾ ਆਇਆ ਉਹਨਾਂ ਅੰਦਰੋਂ ਦੂਜਾ ਭਉ ਹੀ ਗਵਾਤਾ ਉਹਨਾਂ ਦ્વੈਤ ਨੂੰ ਉੱਠਣ ਹੀ ਨਾ ਦਿੱਤਾ ਉਹਨਾਂ ਇੱਕ ਨਾਲ ਆਪਣਾ ਸਨੇਹ ਜੋੜਿਆ ਭਾਈ ਸਾਹਿਬ ਅਗਲੇ ਕਵਿਤ ਦੁਆਰਾ ਕਿਰਪਾ ਕਰਦੇ ਨੇ ਕਹਿੰਦੇ ਲੋਗ ਬੇਦ ਗਿਆਨ ਉਪਦੇਸ਼ ਹੈ ਪਤ ਬ੍ਰਤਾ ਕੋ ਕੰ ਲੱਗੇ ਲੁਗਾਚਾਰੀ ਵੇਦਾਂ ਦਾ ਗਿਆਨ ਹੋਰ ਉਪਦੇਸ਼ ਗ੍ਰਹਿਣ ਕਰਨੇ ਪਤੀ ਬ੍ਰਤਾ istri ਜਿਹੜੀ ਆ ਕਹਿੰਦੇ ਆ